6 ਮਹੀਨੇ ਰਹਿ ਗਏ ਨੇ ਇਸ ਸਰਕਾਰ ਦੇ ਲਈ, ਆਉਣ ਵਾਲੀ ਸਰਕਾਰਾਂ ਦੇ ਲਈ ਯੂਥ ਕੀ ਚਾਹੁੰਦਾ, ਕੀ ਹੋਣਾ ਕੀ ਚਾਹੀਦਾ ਪੰਜਾਬ ਦੇ ਵਿੱਚ, ਕਿਸ ਤਰ੍ਹਾਂ ਜਿਹੜੇ ਜਿਸ ਤਰ੍ਹਾਂ ਬਹੁਤ ਵੱਡੇ ਪੱਧਰ ਦੇ ਉੱਤੇ ਨੌਜਵਾਨ ਪੀੜ੍ਹੀ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੀ ਹੈ, ਕਿੱਦਾਂ ਇਹ ਚੀਜ਼ਾਂ ਰੋਕ ਕਿੱਦਾਂ ਸਕਦੀਆਂ ਨੇ, ਕੀ ਹਾਲਾਤ ਨੇ? ਦੇਖੋ ਗਗਨ ਜੀ, ਸਭ ਤੋਂ ਪਹਿਲਾਂ ਯੂਥ ਚਾਹੁੰਦਾ ਪੰਜਾਬ ਦੇ ਲੋਕਾਂ ਦੀ ਸਰਕਾਰ। ਹੁਣ ਤੱਕ ਬੰਦੀ ਆ ਰਹੀ ਹੈ ਕੈਪਟਨ ਦੀ ਸਰਕਾਰ, ਬਾਦਲ ਦੀ ਸਰਕਾਰ, ਲੋਕਾਂ ਦੀ ਸਰਕਾਰ ਅੱਜ ਤੱਕ ਨਹੀਂ ਬਣੀ, ਇਹ ਰਿਜ਼ਲਟ ਬੋਲ ਰਿਹਾ। ਯੂਥ ਚਾਹੁੰਦੇ ਇੱਕ ਵਿਜ਼ਨਰੀ ਲੀਡਰਸ਼ਿਪ, ਯੂਥ ਚਾਹੁੰਦਾ ਕਿ ਉਹ ਲੀਡਰਸ਼ਿਪ ਆਵੇ ਜਿਹੜਾ ਇੱਕ ਏਜੰਡਾ ਲੈ ਕੇ ਆਵੇ, ਰੋਡ ਮੈਪ ਲੈ ਕੇ ਆਵੇ, ਅਤੇ ਜਿਹੜਾ ਪੰਜਾਬ ਨੂੰ ਖੜਾ ਕਰ ਸਕੇ ਅਤੇ ਜਿਹੜੇ ਰੋਜ਼ਗਾਰ ਦੇ ਸਾਧਨ ਆ ਉਹ ਵਧਾ ਸਕੇ। ਅਤੇ ਯੂਥ ਹੁਣ ਜਾਗਰੂਕ ਹੋ ਚੁੱਕਾ, ਹੁਣ ਉਹਨੇ ਜੁਮਲਾਬਾਜ਼ੀ 'ਚ ਨਹੀਂ ਫਸਣਾ, ਨਾ ਉਹਨੇ ਮੋਬਾਈਲ ਫੋਨਾਂ ਦੇ ਲਾਲਚਾਂ 'ਚ ਫਸਣਾ, ਨਾ ਉਹਨੇ ਆਟਾ ਦਾਲ ਦੀਆਂ ਸਕੀਮਾਂ 'ਚ ਫਸਣਾ, ਨਾ ਉਹਨੇ ਫ੍ਰੀ ਸਫ਼ਰ ਦੀਆਂ ਸਕੀਮਾਂ 'ਚ ਫਸਣਾ। ਯੂਥ ਨੇ ਕਹਿਣਾ ਕਿ ਸਾਡੀ ਕ੍ਰੈਡੀਬਿਲਟੀ ਨੂੰ ਸਪੋਰਟ ਕਿਹੜਾ ਲੀਡਰ ਕਰ ਰਿਹਾ, ਸਾਡੀ ਹੱਕ ਦੀ ਗੱਲ ਕੌਣ ਕਰ ਰਿਹਾ, ਸਾਡੀ ਤਾਕਤ ਦੀ ਗੱਲ ਕੌਣ ਕਰ ਰਿਹਾ। ਯੂਥ ਨੇ ਉਸ ਲੀਡਰਸ਼ਿਪ ਨੂੰ ਪਰਖਣਾ ਐਤਕੀ। ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਇੱਕ 13 ਨੁਕਤਿਆਂ ਦੀ ਸਿਆਸਤ ਨਵਜੋਤ ਸਿੰਘ ਸਿੱਧੂ ਕਰਦੇ ਨੇ, ਕਹਿੰਦੇ ਕਿ ਇਸ 13 ਨੁਕਤੇ ਬੀਤੇ ਦਿਨ ਵੀ ਇੰਟਰਵਿਊ ਆਈਆਂ ਨੇ ਕਿ ਉਹਨਾਂ ਨੇ 13 ਨੁਕਤਿਆਂ ਦੀ ਗੱਲ ਕੀਤੀ ਹੈ, ਕੀ ਲੱਗਦਾ ਕਿ ਜੋ 13 ਨੁਕਤੇ ਪੰਜਾਬ ਦੇ ਵਿੱਚ ਆ ਜਾਣ, ਉਹ 13 ਨੁਕਤੇ ਕੋਈ ਵੀ ਸਰਕਾਰ ਆਵੇ, ਕੈਪਟਨ ਆ ਜਾਣ ਜਾਂ ਫਿਰ ਨਵਜੋਤ ਸਿੰਘ ਸਿੱਧੂ ਆ ਜਾਣ, ਜੇ ਉਹ ਲਾਗੂ ਹੋ ਜਾਣ ਤਾਂ ਜਿਹੜੀ ਨੌਜਵਾਨ ਪੀੜ੍ਹੀ ਦਾ ਨਿਗਾਰ ਹੋ ਰਿਹਾ ਰੁਕ ਸਕਦਾ ਉਹਨਾਂ 13? ਬਿਲਕੁਲ ਗਗਨ ਜੀ, ਜਿਹੜੀ ਉਹ ਪੋਲਿਸੀਸ ਦੀਆਂ ਗੱਲਾਂ ਕਰ ਰਹੇ ਨੇ ਉਹ ਆਲਰੇਡੀ ਉਹ ਪੋਲਿਸੀਸ ਕਾਮਯਾਬ ਹੋ ਚੁੱਕੀ ਹੈ। ਜੇ ਉਹ ਤੇਲੰਗਾਨਾ ਮਾਈਨਿੰਗ ਪਾਲਿਸੀ ਦੀ ਗੱਲ ਕਰਦੇ ਆ ਨਾ, ਤੇ ਤੇਲੰਗਾਨਾ 'ਚ ਉਹ ਮਾਈਨਿੰਗ ਪਾਲਿਸੀ ਉਹ ਕਾਮਯਾਬ ਹੋ ਚੁੱਕੀ ਹੈ, ਤਾਂ ਹੀ ਉਹ ਪਾਲਿਸੀ ਇੱਥੇ ਲਿਆਉਣਾ ਚਾਹੁੰਦੇ ਆ। ਜਿਹੜੀ ਉਹ ਸ਼ਰਾਬ ਦੀ ਐਕਸਾਈਜ਼ ਦੀ ਗੱਲ ਕਰਦੇ ਉਹ ਤਾਮਿਲਨਾਡੂ 'ਚ ਆਲਰੇਡੀ ਕਾਮਯਾਬ ਹੋ ਚੁੱਕੀ ਆ, ਅਤੇ ਉਹਨਾਂ ਦੀ ਗੱਲ 'ਚ ਦਮ ਹੈਗਾ। ਜੇ ਅਸੀਂ ਪੰਜਾਬ ਨੂੰ ਬਚਾਉਣਾ, ਜਿਹੜਾ ਪੰਜਾਬ 'ਤੇ ਇਸ ਵੇਲੇ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਕਰੀਬ ਚੜਿਆ ਹੋਇਆ, ਉਹ ਕਰਜ਼ੇ ਨੂੰ ਲਾਉਣਾ ਕਿਵੇਂ ਹੈ? ਜਦੋਂ ਤੱਕ ਆਪਾਂ ਇਕੋਨਮੀ ਨਹੀਂ ਆਪਣੀ ਸੈੱਟ ਕਰਾਂਗੇ, ਆਪਾਂ ਜਦੋਂ ਆਪਾਂ ਆਪਣਾ ਬਜਟ ਨਹੀਂ ਵਧਾਵਾਂਗੇ, ਤੇ ਉਦੋਂ ਤੱਕ ਆਪਾਂ ਨੌਜਵਾਨਾਂ ਲਈ ਕੀ ਕਰ ਸਕਦੇ ਹਾਂ? ਕੁਛ ਵੀ ਨਹੀਂ ਕਰ ਸਕਦੇ। ਤੇ ਜਿਹੜੀ ਸਿੱਧੂ ਸਾਹਿਬ ਦੀਆਂ ਗੱਲਾਂ ਨੇ, ਅਸੀਂ ਉਸ ਗੱਲ 'ਤੇ ਪੂਰਾ ਸਪੋਰਟ ਕਰਦੇ ਹਾਂ ਜਿਹੜਾ ਉਹ ਏਜੰਡਾ ਲੈ ਕੇ ਆ ਰਹੇ ਨੇ, ਜਿਹੜੀ ਆ ਪੋਲਿਸੀਜ਼ ਦੀ ਉਹ ਗੱਲਾਂ ਕਰ ਰਹੇ, ਅਸੀਂ ਫੁੱਲ ਸਪੋਰਟ ਕਰ ਰਹੇ ਹਾਂ। ਪਰ ਇਹ ਹੈ ਨਾ, ਉਹਨਾਂ ਨੂੰ ਮੌਕਾ ਵੀ ਤਾਂ ਮਿਲੇ, ਗੱਲ ਤਾਂ ਇਹ ਆ ਮੌਕਾ ਮਿਲਣ ਦੀ ਆ। ਜਿਸ ਤਰ੍ਹਾਂ ਦੇ ਹਾਲਾਤ ਹੁਣ ਚੱਲਦੇ ਪਏ ਨੇ, ਜੋ ਸਿਆਸਤ ਦੇ ਮੈਂ ਹੁਣ ਦੇ ਸਿਨੈਰੀਓ 'ਤੇ ਗੱਲ ਕਰੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਵੀ ਕਿਤੇ ਨਾ ਕਿਤੇ ਹਿਲਦੀ ਨਜ਼ਰ ਆ ਰਹੀ ਹੈ, ਕਿ ਸਾਰੇ ਪਾਸਿਓਂ ਵਿਰੋਧ ਦਾ ਸਾਹਮਣਾ ਚੜ੍ਹਨ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ, ਆਪਣੇ ਵਿਧਾਇਕ ਜਿਹੜੇ ਇਸ ਵਿਰੋਧ ਨੂੰ ਉਹਨਾਂ ਦੇ ਸਾਹਮਣੇ ਰੱਖ ਰਹੇ ਨੇ। ਲੱਗਦਾ ਹੈ ਕਿ ਜੇਕਰ ਅੱਗੇ ਸਿਆਸਤ ਚੱਲਦੀ ਹੈ, ਇਸੇ ਤਰ੍ਹਾਂ ਸਿਆਸਤ ਚੱਲਦੀ ਹੈ, ਤਾਂ 6 ਮਹੀਨਿਆਂ ਬਾਅਦ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਕੋਈ ਵੱਡਾ ਫੇਰਬਦਲ ਚਾਹੁਣਗੇ। ਦੇਖੋ, ਜਿਹੜੇ ਤਾਂ ਲੋਕ ਵਿਰੋਧ ਕਰ ਰਹੇ ਆ ਨਾ, ਉਹ ਲੋਕ ਵਿਰੋਧ ਕਰ ਰਹੇ ਜਿਨ੍ਹਾਂ ਨੇ ਮੈਨੀਫੈਸਟੋ ਪੜਿਆ ਹੋਇਆ, ਤੇ ਮੈਨੂੰ ਲੱਗਦਾ ਜਿਹੜੇ ਇਹਨਾਂ ਦੇ ਆਪਣੇ ਲੀਡਰ ਜਿਹੜੇ ਕੈਪਟਨ ਸਾਹਿਬ ਦੀ ਸਪੋਰਟ ਕਰ ਰਹੇ ਨਾ, ਸ਼ਾਇਦ ਉਹਨਾਂ ਨੇ ਆਪਣਾ ਮੈਨੀਫੈਸਟੋ ਹੀ ਨਹੀਂ ਪੜਿਆ ਹੋਇਆ। ਤੁਸੀਂ ਦੱਸੋ ਤਾਂ ਸਹੀ, ਇਹਨਾਂ ਨੇ 2017 ਮੈਨੀਫੈਸਟੋ ਵਾਲਾ ਵਾਅਦਾ ਕਿਹੜਾ ਪੂਰਾ ਕੀਤਾ? ਜੇ ਅੱਜ ਪੰਜਾਬ ਦਾ ਬੱਚਾ ਸਵਾਲ ਪੁੱਛ ਰਿਹਾ, ਬੇਰੁਜ਼ਗਾਰੀ ਭੱਤੇ ਦੀ ਗੱਲ ਕਰ ਰਿਹਾ, 1 ਲੱਖ ਟੈਕਸੀਆਂ ਦੀ ਗੱਲ ਕਰ ਰਿਹਾ, 25,000 ਟਰੈਕਟਰਾਂ ਦੀ ਗੱਲ ਕਰ ਰਿਹਾ, ਬੁਢਾਪਾ ਪੈਨਸ਼ਨ ਦੀ ਗੱਲ ਕਰ ਰਿਹਾ, ਵਿਧਵਾ ਪੈਨਸ਼ਨ ਦੀ ਗੱਲ ਕਰ ਰਿਹਾ, ਘਰ ਘਰ ਰੋਜ਼ਗਾਰ ਦੀ ਗੱਲ ਕਰ ਰਿਹਾ, ਬੇਦਬੀਆਂ ਦਾ ਇਨਸਾਫ਼ ਦੀ ਗੱਲ ਕਰ ਰਿਹਾ, ਪਾਵਰ ਪਰਚੇਜ ਐਗਰੀਮੈਂਟ ਰੱਦ ਕਰਨ ਦੀ ਗੱਲ ਕਰ ਰਿਹਾ। ਕਿਉਂ ਕਰ ਰਿਹਾ? ਕਿਉਂਕਿ ਇਹਨਾਂ ਨੇ ਵਾਅਦੇ ਕੀਤੇ ਸੀ ਅਤੇ ਇਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਅਤੇ ਹੁਣ ਜਿਹੜੇ ਆ ਇਹ ਪਹਿਲੇ ਕਰਕੇ ਇਮੋਸ਼ਨਸ ਨਾਲ ਖੇਡ ਗਏ, ਪੰਜਾਬੀਆਂ ਦੇ ਇਮੋਸ਼ਨਸ ਨਾਲ ਖੇਡ ਗਏ, ਗੁਟਕਾ ਸਾਹਿਬ ਹੱਥ 'ਚ ਫੜ ਕੇ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕਰਤੇ, ਪਰ ਇੱਕ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ। ਪਰ ਹੁਣ ਮੈਂ ਉਹੀ ਕਹਿਣਾ, ਲੋਕਾਂ 'ਚ ਬਹੁਤ ਅਵੇਅਰਨੈਸ ਹੈ, ਨਾਲੇ ਜਿਹੜੇ ਹੁਣ ਨੌਜਵਾਨ ਆ ਨਾ, ਨੌਜਵਾਨ ਪਹਿਲੀ ਗੱਲ ਨੌਜਵਾਨ ਕਿਸੇ ਧੜੇ ਦਾ ਨਹੀਂ ਹੁੰਦਾ, ਨੌਜਵਾਨ ਉਸ ਲੀਡਰ ਨੂੰ ਪਸੰਦ ਕਰਦਾ ਜਿਹੜਾ ਪੰਜਾਬ ਦੇ ਹਿੱਤ ਲਈ ਸੋਚ ਰਿਹਾ ਹੋਵੇ, ਪੰਜਾਬ ਦੇ ਹੱਕ ਲਈ ਗੱਲ ਕਰ ਰਿਹਾ ਹੋਵੇ, ਅਤੇ ਪੰਜਾਬ ਦੇ ਨੌਜਵਾਨਾਂ ਨੇ ਉਸ ਲੀਡਰ ਦਾ ਸਾਥ ਦੇਣਾ। ਅਤੇ ਮੈਂ ਬਾਕੀ ਪੇਰੈਂਟਸ ਨੂੰ ਵੀ ਕਹਿਣਾ ਚਾਹੁੰਦਾ, ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਆਪਾਂ ਲੋਕ ਬਹੁਤ ਕਿੰਤੂ ਪਰੰਤੂ ਕਰਦੇ ਹਾਂ, ਸਰਕਾਰਾਂ ਨੂੰ ਗਾਲਾਂ ਵੀ ਕੱਢਦੇ ਹਾਂ, ਜੀ ਸਰਕਾਰ ਨੇ ਸਾਡੇ ਨਾਲ ਧੋਖਾ ਕਰਤਾ, ਬੇਈਮਾਨ ਸਰਕਾਰ, ਬੇਈਮਾਨ ਲੀਡਰ, ਕਿ ਆਪਾਂ ਚੰਗੇ ਵੋਟਰ ਬਣੇ? ਜੇ ਇਹ ਸਰਕਾਰਾਂ ਬਣੀਆਂ, ਕਿੰਨੇ ਬਣਾਈਆਂ ਸਰਕਾਰਾਂ? ਆਪਾਂ ਲੋਕਾਂ ਨੇ ਤਾਂ ਬਣਾਈਆਂ। ਜੇ ਆਪਾਂ ਚੰਗੇ ਵੋਟਰ ਬਣਾਂਗੇ ਨਾ, ਤਾਂ ਹੀ ਨੌਜਵਾਨਾਂ ਦਾ ਭਵਿੱਖ ਬਚਾ ਸਕਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਇੱਕ ਚੰਗੇ ਵੋਟਰ ਬਣਨ ਦੀ ਲੋੜ ਹੈ।